ਤੁਹਾਨੂੰ ਕੀ ਪਤਾ ਇਹਨਾਂ ਗੱਲਾਂ? ਐਵੇਂ ਬੰਦਿਆਂ ਨੂੰ ਪਾਇਆ ਜਨਾਬ, ਜੋ ਲੈਲਾ ਮਜਨੂੰ ਦੀ ਕਹਾਣੀ ਸ਼ੁਰੂ ਕਰ ਦਿੱਤੀ, ਇਹ ਫਜ਼ਾਇਲ ਸ਼ਿਕਰ ਪੜ੍ਹ ਰਹੇ, ਫਲਾਣਾ ਪੜ੍ਹ ਰਹੇ, ਕਿਤਾਬ ਪੜ੍ਹ ਰਹੇ। ਮੈਂ ਕਿਹਾ ਰਾਮ ਲੈਲਾ ਪਾਈ ਆ, ਚੁੱਪ ਕਰ, ਹੋਰ ਕਹਾਣੀਆਂ ਕਿਸੇ ਨੂੰ ਕੀ ਸੁਣਾਉਣੀ? ਜਿਸ ਬੰਦੇ ਨੇ ਇਤਨੀ ਖਾਸ ਬਾਤ ਨਹੀਂ ਸਮਝੀ, ਸਾਰੀ ਉਮਰ ਬਹਜ਼ੂਰ ਦਾ ਮਕਾਮ ਕੀ, ਉਹਨੂੰ ਕੀ ਹੱਕ ਬਣਦਾ ਹੈ ਜੇ ਕਹਾਣੀਆਂ ਪੇਸ਼ ਕਰਦਾ? ਫਿਰ ਮੈਂ ਆਪ ਕੋ ਮਿਸਵਾਕ ਬਤਾਤਾ ਹੂੰ, ਮੈਂ ਆਪਕੋ ਵੋ ਬਤਾਤਾ ਹੂੰ। ਚੁੱਪ, ਝਗੜ ਜਿਹਾ ਨਾ, ਮਿਸਵਾਕਾਂ ਵਾਸਤੇ ਸਾ ਹਿੰਦੂ ਮਜ਼ਹਬ ਛੱਡੇ, 18 ਬੂਟੀਆਂ ਤੇ ਹਿੰਦੂ ਵੀ ਮਾਰ ਕੇ ਨਾਂਦੇ ਰਹਿੰਦੇ, ਸਫਾਈਆਂ ਵਾਸਤੇ ਮੇਰਾ ਇਸਲਾਮ ਕਬੂਲ ਕੀਤਾ ਸੀ, ਤੈਨੂੰ ਸਮਝ ਨਹੀਂ ਕੋਈ? ਮੁਬੱਲਗ ਸਾਹਿਬ ਨੇ ਤਕਰੀਰ ਕਰਨ ਦੀ, ਮੈਂ ਕਿਹਾ ਚੱਲ ਖਬੀ ਸਾਹਿਬ, ਸਭ ਤੋਂ ਪਹਿਲੇ ਗੱਲ ਕਰ ਹਜ਼ੂਰ ਦੀ, ਆਪਦੇ ਬਾਰੇ ਵਾਜ਼ੇ ਕਰ ਆਪਣੀ ਗੱਲ। ਕੋਈ ਵੀ ਮੁਬੱਲਗ ਅਗਰ ਹਜ਼ੂਰ ਦੀ ਸਿਫਤ ਕੀਤੇ ਬਗੈਰ ਤਕਰੀਰ ਕਰਦਾ ਪਿਆ, ਖਬਰਦਾਰ ਜੇ ਕੋਈ ਸੁਣੀ ਉਹਦੀ ਤਕਰੀਰ ਸੁਣੇ, ਮੇਰੇ ਨਾਲ ਵਾਅਦਾ ਕਰੋ ਮਸਜਿਦ ਦੇ ਅੰਦਰ, ਜਿਹੜਾ ਹਜ਼ੂਰ ਦੀ ਸਿਫਤ ਤੋਂ ਸੁਣਾ ਤੋਂ ਤਕਰੀਰ ਨਾਲ ਸ਼ੁਰੂ ਕਰੇ, ਭਾਵੇਂ ਪੂਰਾ ਜਨਾਬ 25 ਦਸੰਬਰ ਵਾਲਾ ਬਾਬਾ ਬਣੇ ਆਵੇ, ਸਾਂਤਾ ਕਲਾਰ ਹੈ ਨਹੀਂ, ਭਾਵੇਂ ਸਾਂਤਾ ਕਲਾਰ ਬਣੇ ਆਵੇ, ਤੇ ਸਿਫਤ ਤੋਂ ਸੁਣਾ ਪਿਆਰੇ ਦੀ ਸ਼ੁਰੂ ਨਾ ਕਰੇ, ਉਸ ਵਕਤ ਬਾਬਾ ਪਰਾਂ ਇੱਕ ਉਨਵਾਨ ਬਣਾ ਲਓ, ਜਿਹੜਾ ਬੋਲੇ ਸਰਕਾਰ ਦੀ ਸਿਫਤ ਤੋਂ ਸੁਣਾ ਚ ਬੋਲੇ, ਬਸ ਡਬ ਕਿਆ ਕਹੋ ਸੁਭਾਨ ਅੱਲਾਹ, ਸਿਫਤ ਸੁਣਾ ਕਰ ਨਾ ਬੋਲੇ ਤੇ ਕੁਝ ਵੀ ਨਾ ਬੋਲੇ। ਜੀ ਗੱਲਾਂ ਤਾਂ ਬੜੀਆਂ ਪਿਆਰੀਆਂ ਕਰੀ ਜੀ, ਤਾਰਕ ਜਮੀਲ ਸਾਹਿਬ ਨੇ ਜੀ, ਮੈਂ ਆਖਿਆ ਇਹ ਕੀ ਗੱਲਾਂ ਕਰਦੇ? ਆਖੇ ਇੱਕੋ ਜਿਹੇ ਸ਼ੁਰੂ ਹੋ ਜਾਣ, ਸਰਕਾਰ ਦੇ ਖੋਤੇ ਦਾ ਇਨਾਮ ਸੀ, ਸਰਕਾਰ ਦੇ ਘੋੜੇ ਦਾ ਇਨਾਮ ਸੀ, ਸਰਕਾਰ ਦੀ ਉਂਟਣੀ ਦਾ ਇਨਾਮ ਸੀ, ਉਹ ਫਲਾਣੇ ਦਰਖਤ ਦੇ ਇਨਾਮ ਸੀ, ਇਹ ਜਿਹੜਾ ਖਜੂਰਾਂ ਦੇ ਪੱਤਰਾਂ ਦਾ ਇਨਾਮ ਸੀ, ਫਲਾਣੀ ਖਜੂਰ ਦੀ ਇਨਾਮ ਸੀ, ਜਿਤਨੇ ਪਾਗਲ ਨੇ ਨਾ ਆਦਿ ਜਨਾਬ, ਬੜੀ ਤਕਰੀਰ ਦੇਖੋ ਜਨਾਬ, ਕਿਤੇ ਆਸ਼ਕੀ ਰਸੂਲ ਨੇ ਤੇ ਉਹਨਾਂ ਦੇ ਖੋਤਿਆਂ ਦੇ ਵੀ ਨਾ ਆਉਂਦੇ ਨੇ, ਘੋੜਿਆਂ ਦੇ ਵੀ ਨਾ ਆਉਂਦੇ ਨੇ, ਸੁਨੀਆਂ ਤੇ ਪਤਾ ਹੀ ਕੋਈ ਨੀ, ਇਹਨਾਂ ਕਦੇ ਖੋਰਦਿਆਂ ਘੋੜਿਆਂ ਦੇ ਨਾਂ ਹੀ ਨਹੀਂ ਦੱਸੇ। ਮੈਂ ਕਿਹਾ ਸੁਨੀ ਪੜੋ ਸਵਾਰ ਦੇ ਨਾਵਾਂ ਤੋਂ ਤੇ ਫਾਰਿਗ ਹੋ ਲੈਣ, ਸਵਾਰੀਆਂ ਦੀ ਵਾਰੀ ਤੇ ਬਾਅਦ ਚ ਆਵੇਗੀ, ਪੜੋ ਸਵਾਰ ਦੇ ਨਾਂ ਤੇ ਯਾਦ ਕਰ ਲਓ, ਤੁਹਾਨੂੰ ਸਮਝ ਨਹੀਂ ਆਉਣੀ, ਦੱਬ ਕੇ ਬੋਲੋ ਕੀ ਹੋ ਗਿਆ। ਇਹ ਪੂਰੇ ਪੰਜਾਬ ਚੋਂ ਕਣਕ ਅਸੀਂ ਇਸਲਾਮਾਬਾਦ ਗੱਲੇ ਹਾਂ, ਤੁਸੀਂ ਇਤਨੇ ਕਮਜ਼ੋਰ ਹੋ ਅਜੇ ਵੀ, ਉਹ ਤਕੜੇ ਹੋਵੋ ਕੁਝ, ਆਪਣੇ ਪੱਬਾਂ ਤੇ ਭਾਰ ਪਾਓ, ਭੈੜਿਓ ਕੀ ਹੋ ਗਿਆ ਜੇ ਸਾਰੇ ਪੰਜਾਬ ਦੀ ਕਣਕ ਇੱਦੇ ਆਉਂਦੀ ਫਿਰ ਵੀ ਹੌਲੀ ਬੋਲਦੇ ਹੋ? ਉਹ ਖੁਦਾ ਦੇ ਬੰਦੇ, ਉਹ ਕੱਟੀਆਂ ਦੇ ਜੇ ਖੋਤੇ ਦਾ ਨਾਂ ਯਾਫੂਰ ਸੀ ਤੇ ਘੋੜੇ ਦਾ ਨਾਂ ਫਲਾਣਾ ਸੀ ਤੇ ਊਂਟਣੀ ਦਾ ਨਾਂ ਕਸਵਾ ਸੀ, ਆ ਮੈਂ ਕਿ ਚੁੱਪ ਕਰ ਤਰਕੂ, ਚੁੱਪ ਕਰ, ਚੁੱਪ ਕਰ, ਗਦੇ ਦਾ ਫਲਾਣਾ ਨਾਂ ਸੀ। ਮੈਂ ਕਿਹਾ ਤੂੰ ਪਹਿਲੋ ਹਜ਼ੂਰ ਦੇ ਪੂਰੇ ਨਾਂ ਸੁਣਾ ਮੈਨੂੰ, ਚੱਲ ਬੋਲ ਸੁਣਾ, ਹਜ਼ੂਰ ਦੇ ਨਾਂ ਸੁਣਾ, ਇਹ ਤਕਲੀਫ ਹੈ। ਮੈਂ ਕਿਹਾ ਖੋਤੇ ਨਾਲ ਤੇਰੀ ਕਿਹੜੀ ਮੁਨਾਸਬਤ ਹੈ? ਨਹੀਂ ਤੈਨੂੰ ਸਮਝ ਨਹੀਂ ਲੈਣੀ ਮੈਂ। ਮੈਂ ਕਿਹਾ ਵਗ ਵਗ ਕੇ ਖੋਤੇ ਕੋਲ ਜਾਂਦਾ, ਮੈਂ ਤੈਨੂੰ ਇੱਥੇ ਕਲਵਾਨਾ, ਮੈਂ ਸਰਕਾਰ ਦੀ ਗੱਲ ਕਰ, ਤੂੰ ਖੋਤੇ ਵਾਲ ਵਗਣਾ ਨਾ, ਇਹ ਗੱਲ ਸਮਝਣ ਵਾਲੀ ਹੈ ਜਾਂ ਨਹੀਂ? ਖੋਤੇ ਨਾਲ ਕੀ ਮੁਨਾਸਬਤ? ਉੱਠੋ ਦੀ ਗੱਲ ਕਰੋ, ਖੋਤਿਆਂ ਦੀ ਗੱਲ ਕਰੋ, ਕੱਪੜਿਆਂ ਦੀ ਗੱਲ, ਮੈਂ ਮੱਠਾ ਹੋ, ਖੋਤੇ ਨਾਲ ਕੀ ਆ? ਮੰਨਣਾ ਹੋਵੇ ਤਾਂ ਵੀ ਗਧੇ ਨੂੰ ਪਹਿਲੋਂ ਨਹੀਂ ਮੰਨੀਦਾ, ਪਹਿਲੋ ਔਲੀਆ ਅੱਲਾ ਦੇ ਕੁੱਤੇ ਨੂੰ ਮੰਨੀ ਦੇ। ਇਹ ਖੋਤੇ ਦੀ ਤਾਂ ਮੁਨਾਸਬਤ ਹੀ ਕੋਈ ਨੀ ਮੰਨਦੀ, ਇਹਨੂੰ ਪਸੰਦ ਹੀ ਨਹੀਂ। ਅੱਜ ਤੱਕ ਮੈਂ ਹੋਰ ਬਾਬੀ ਵੀ ਨੀ ਤੱਕੇ ਜਿਹੜੇ ਖੋਤਾ ਪਸੰਦ ਕਰਦੇ, ਇਹਨੂੰ ਪਤਾ ਨੀ ਕੀ ਬਿਮਾਰੀ। ਯਾਫੂਰੇ, ਮੈਂ ਕਿਹਾ ਗੱਲ ਠੀਕ ਹੈ ਤੇਰੀ, ਗਲਤ ਏਡੀ ਨਹੀਂ, ਲੇਕਿਨ ਕਮਲਿਆ ਪਹਿਲੋ ਸਰਕਾਰ ਦੇ ਆਪਣੇ ਨਾਂ ਬੋਲ, ਉਹਨਾਂ ਸਾਰਿਆਂ ਨਾਵਾਂ ਵਿੱਚੋਂ ਇੱਕ ਨਾਂ ਹੈ ਹਜ਼ੂਰ ਦਾ ਨੂਰ, ਹਜ਼ੂਰ ਦੇ ਨਾਵਾਂ ਚੋਂ ਇੱਕ ਨਾਂ ਹੈ ਕਿ ਨਹੀਂ ਬਈ? 99 ਨਾਵਾਂ ਚੋਂ ਇੱਕ ਨਾਂ ਨੂਰ ਹੈ ਕਿ ਨਹੀਂ? ਓਏ ਆਸ਼ਕੋ ਬੋਲੋ, ਆਪਣੀ ਜ਼ੁਬਾਨ ਹਲਾਓ ਨਾ, ਨੂਰ ਆਪ ਦਾ ਨਾਂ ਹੈ ਕਿ ਨਹੀਂ?
آپ دا نام ہے کہ نہیں اوئے آپ دا نام ہے کہ نہیں تے تسی اس مسئلے نوں معمولی مسئلہ سمجھ دے ہن میں تہاڈے سامنے آکھیا نہیں کرکو آکھیا میں جان کے آکھیا پتہ ہے کیوں آکھیا کہ تہاڈے جو کئی بندے ایسے ہوندے نے معتدل مزاج او دن شاہ جی جی وی گل ہوے نہ تے نہ الٹا لینا تے نہیں ایک سنجیدگی ایک متانت او دا تقاضا ہے نہ الٹا چھڈو جی جیسا بھی نہ الٹا تے میں او دا سر پھڑو وڈے کیوں اس واسطے الٹا لیا بھی نہ لیا تے صحیح نہ نہیں سمجھ آئی تے جڑا نہ مننا ہی نہ نہیں تو نہ سمجھ رہے تو سمجھ کوئی نہیں آئی گل تو اور میں کیا میں تیرا نام من تے گیا نا بھائی یہی ہے تے تو سرے تو جی دا نام من نہیں نا تے نام ہی میرا تیرا نہیں میں تو میرا بگاڑ لے میں تیرا بگاڑ لوا نام ہی او دا جی دا نام ماں نے نہیں رکھیا باپ نے نہیں رکھیا رب نے آپ رکھیا اور تے تو ماں پہ ادھے رکھے نام بگاڑ کے لئیے تے سڑنے دیا نے جی شرافت کا تقاضا نہیں نام الٹے پھلٹے لینا بیس الاسم الفسوق بعد الایمان جی میں کہو کملیا سارے قانون ساڈے واسطے نے تو تو حضور دا نام جیڑا رب رکھے ہے او نہیں ہے مندا اے دیکھو نا میں کو بندہ آدھا جی محمد عرفان ہے اگلا آدھا میں تو نہیں مندا محمد عرفان تو میں اب عجیب جی سچویشن دا وچ میں مبتلا ہو جاؤں گا وہ میں ہن کراں کہ بھائی میرا نام ہے تے مندا ہی نہیں پیا میرا آئیڈنٹی کارڈ اس نام دا بنیا پاسپورٹ بنے ہیں یہ کی کر رہے ہیں اے بڑی پٹھی گل جی اگر تہانوں کدی یہ موقع آ جائے زندگی تے تسی حیران ہی ہو جاؤ گے میں کی کراں من کے محمد عرفان وعدہ تو نہیں محمد عرفان میں کہ میں ہے محمد عرفان میری ایڈنٹی کیا رہے سی چراچی کارڈ بنے پاسپورٹ بنے میں محمد عرفان کہ نہیں تو نہیں محمد ہون کی کرو جی میرے پاسپورٹ تھا تو کہا نہیں سی کرنا تو نہیں محمد عرفان میں شناسی کارڈ بے لوں میں مولی صاحب ان کو بھائی واسطے لائے پرانا میں نوں جان دے میرے نام اس وقت میں مننے نہیں محمد عرفان ہے ہی نہیں ہے ہون دسو میں کی کر یہ کچھ بھی شوگر میں نوں موقع دے وے تو میں نہ خدا ہے آتے کوئی ڈلا چھڑ کے نہ ایتھے دیڑے بکوے ہوتے میں آنا یہ ڈنٹیاں میں نہ مننے تھے تیرا علاج یہی ہے تو اے میں بطورے مثال آخنا پیا او میرے ماں پیو میرا نہ رکھے تو میری ڈنٹیاں کوئی نہ مننے تو میں نو لگ رہا غصہ تو خبیصہ جس میں تو آخنے کہ محمد نور میں آگیا ہوں نا کہ نائی اوہ انہوں نے نائی لانتیا انہوں نے نائی